you like this video, please subscribe the channel, like and share this video. नमस्कार दर्शकों, मैं किरण विशेष तुहाड़ा स्वागत करता खबर बाद दोपहर दे विच। जेकर तुसीं साडे चैनल हाले तक सबसक्राइब नहीं किया तां सबसक्राइब करो, खुद भी सबसक्राइब करो ते दोस्तों नूं भी सबसक्राइब कराओ ताकि साडे चैनल दी हरेक खबर हरेक प्रोग्राम तुहाडे तक पहुँच सके। दर्शकों, आम आदमी पार्टी नूं झटके ते झटका लगता जा रहा है। पिछले दिन सुखपाल सिंह खैरा दे उपर जो चल रहे इल्जाम ने उन्हों दा दौर हजे थमे ही नहीं सीगा ते उस दे चलदे ही एच एस फुलका साहब ने पंजाब दी राजनीति तों छुट्टी लै लई है। ਤੁਸੀਂ ਵੀ ਸੁਣੋ ਕੀ ਕੁਛ ਕਿਹਾ ਐਚ ਐਸ ਫੁਲਕਾ ਸਾਹਿਬ ਨੇ। ਪੰਜਾਬ ਦੀ ਜੋ ਪੋਲੀਟਿਕਸ ਆ ਸਟੇਟ ਲੈਵਲ ਦੀ ਪੋਲੀਟਿਕਸ ਤੋਂ ਮੈਂ ਛੁੱਟੀ ਲਈ ਆ। ਪਾਰਟੀ ਹਾਈਕੋਰਟ ਤੋਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਵਿੱਚ, ਕਿਉਂਕਿ ਹਲਕੇ 'ਚ ਮੈਂ ਇੱਕ ਮੋਬਾਈਲ ਡਿਸਪੈਂਸਰੀ ਦਾ ਸਿਹਤ ਦਾ ਪ੍ਰੋਜੈਕਟ ਚਲਾਇਆ ਵਾ, ਇੱਕ ਐਜੂਕੇਸ਼ਨ ਦਾ ਕੋਚਿੰਗ ਦਾ ਚਲਾਇਆ ਵਾ, ਉਹਦੇ ਵਿੱਚ ਵੀ ਬਹੁਤ ਟਾਈਮ ਲੱਗਦਾ। ਮੈਂ ਆਪਣੇ ਹਲਕੇ ਦੇ ਵਿੱਚ ਅਤੇ ਨਾਲ ਆ 84 ਦੇ ਕੇਸ ਜੋ ਦਿੱਲੀ ਚੱਲ ਰਹੇ ਆ, ਕਿਉਂਕਿ ਲਗਭਗ ਰੋਜ਼ ਹੀ ਕੋਈ ਨਾ ਕੋਈ ਕੇਸ ਸੱਜਣ ਕੁਮਾਰ ਦਾ ਜਾਂ ਟਾਈਟਲਰ ਦਾ ਇਹ ਹੁੰਦੇ ਆ। ਇਹ ਕੇਸਾਂ ਵਿੱਚ ਵੀ ਬਹੁਤ ਟਾਈਮ ਲੱਗ ਰਿਹਾ ਅਤੇ ਹਲਕੇ ਦੇ ਵਿੱਚ ਵੀ ਜੋ ਪ੍ਰੋਜੈਕਟ ਸ਼ੁਰੂ ਕੀਤੇ ਉਹਨਾਂ 'ਤੇ ਟਾਈਮ ਲੱਗ ਰਿਹਾ ਕਿ ਮੇਰੇ ਕੋਲ ਟਾਈਮ ਨਹੀਂ ਹੈ। ਹੁਣ ਜੋ ਸਟੇਟ ਲੈਵਲ ਦੀਆਂ ਐਕਟੀਵਿਟੀਜ਼ ਨੇ ਉਹ ਵੀ ਬਹੁਤ ਕਾਫੀ ਜ਼ਿਆਦਾ ਐਕਟੀਵਿਟੀ ਹੋ ਜਾਂਦੀਆਂ, ਵੀ ਉਹਨਾਂ ਦੇ ਵਾਸਤੇ ਮੇਰੇ ਕੋਲ ਟਾਈਮ ਨਹੀਂ ਹੈ। ਵੀ ਇਸ ਕਰਕੇ ਮੈਂ ਪਾਰਟੀ ਨੂੰ ਕਿਹਾ ਕਿ ਮੈਨੂੰ ਉਹ ਉੱਥੋਂ ਤੁਸੀਂ ਛੁੱਟੀ ਦਿਓ। ਸੋ ਦੋਸਤੋ, ਤੁਸੀਂ ਸਾਫ਼ ਤੌਰ 'ਤੇ ਸੁਣਿਆ ਕਿਸ ਤਰ੍ਹਾਂ ਐਚ ਐਸ ਫੁਲਕਾ ਸਾਹਿਬ ਨੇ ਕਿਹਾ ਕਿ ਐਸੀ ਰਾਜਨੀਤੀ 'ਤੇ ਚੱਲਦੇ ਹੋਏ ਮੇਰੇ ਕੋਲ ਸਮਾਂ ਨਹੀਂ ਹੈ ਅਤੇ ਮੈਂ ਜੋ 84 ਦੇ ਕੇਸ ਨੇ ਉਹਨਾਂ ਦੇ ਉੱਪਰ ਵੀ ਕੇਂਦਰਿਤ ਆ ਅਤੇ ਆਪਣੀ ਪਾਰਟੀ ਨਾਲ ਦਿੱਲੀ ਵਿੱਚ ਰਹਿ ਕੇ ਹੀ ਕੰਮ ਕਰਾਂਗਾ, ਪਰੰਤੂ ਪੰਜਾਬ ਦੀ ਰਾਜਨੀਤੀ ਤੋਂ ਛੁੱਟੀ ਲਵਾਂਗਾ। ਸੋ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਤੋਂ ਛੁੱਟੀ ਲੈ ਲਈ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਦਾ ਸਾਫ਼ ਤੌਰ 'ਤੇ ਦੇਖਿਆ ਜਾ ਰਿਹਾ। ਸੋ ਦਰਸ਼ਕੋ, ਇਸ ਤਰ੍ਹਾਂ ਵੇਖਦੇ ਰਹੋ ਖਬਰ ਬਾਅਦ ਦੁਪਹਿਰ 'ਤੇ, ਵੇਖਦੇ ਰਹਿਣਾ ਏਵਰ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਏਵਨ ਪੰਜਾਬੀ ਦਾ ਸਾਰੇ ਦਰਸ਼ਕਾਂ ਨੂੰ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੋਹਫਾ। ਏਵਨ ਪੰਜਾਬੀ ਉੱਤੇ ਕੋਈ ਵੀ ਧਾਰਮਿਕ ਸਮਾਗਮ ਜਾਂ ਪੇਂਡੂ ਖੇਡਾਂ ਲਾਈਵ ਕਰਵਾ ਸਕਦੇ ਹੋ ਸਿਰਫ 15,000 ਰੁਪਏ ਵਿੱਚ। ਜੀ ਹਾਂ, ਸਿਰਫ 15,000 ਰੁਪਏ ਵਿੱਚ ਤੁਹਾਨੂੰ ਮਲਟੀ ਸੈਟਅਪ ਦੇ ਨਾਲ, ਮਿਕਸਰ ਦੇ ਨਾਲ ਮਿਲੇਗਾ ਵਰਲਡ ਵਾਈਡ ਲਾਈਵ ਔਨ ਏਵਨ ਪੰਜਾਬੀ ਟੀਵੀ। ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੈ? ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਧਾਰਮਿਕ ਸਮਾਗਮ ਜਾਂ ਰਵਾਇਤੀ ਖੇਡਾਂ ਦਾ ਸਿੱਧਾ ਪ੍ਰਸਾਰਣ ਏਵਨ ਪੰਜਾਬੀ ਤੇ, ਤਾਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ ਤੇ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ ਏਵਨ ਹੈਲਥ ਕੇਅਰ, ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ ਏਵਨ ਮਿਊਜ਼ਿਕ, ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ ਏਵਨ ਪੰਜਾਬੀ ਟੀਵੀ, ਐਂਡ ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼।